ਸਤਿ ਸ੍ਰੀ ਅਕਾਲ ਜੀ ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਅਜੀਤ ਖਬਰਾਂ ਦੇ ਅੱਜ ਦੇ ਸੁਬਹ ਬੁਲੇਟਿਨ ਦੇ ਵਿੱਚ ਮੈਂ ਕਮਲਪ੍ਰੀਤ ਸਿੰਘ ਨਿੱਗਾ ਸਵਾਗਤ ਕਰਦਾ ਹਾਂ ਤੇ ਰੋਜ਼ਾਨਾ ਦੀ ਤਰ੍ਹਾਂ ਆਓ ਸਭ ਤੋਂ ਪਹਿਲਾਂ ਜਾਣਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਅਬੂਦਾਬੀ ਹਮਲੇ ਵਿੱਚ ਜਾਨ ਗਵਾਉਣ ਵਾਲੇ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਵਤਨ ਪਹੁੰਚੀਆਂ ਪਾਜਪਾ ਨੇ ਪੰਜਾਬ ਚੋਣਾਂ ਲਈ ਐਲਾਨੀ ਉਮੀਦਵਾਰਾਂ ਦੀ ਪਹਿਲੀ ਸੂਚੀ ਮੁੱਖ ਮੰਤਰੀ ਚੰਨੀ ਨੂੰ ਸ਼੍ਰੀ ਚਮਕੌਰ ਸਾਹਿਬ ਸੀਟ ਤੋਂ ਹਾਰ ਦਾ ਕਰਨਾ ਪਵੇਗਾ ਸਾਹਮਣਾ ਕੇਜਰੀਵਾਲ ਨੇ ਕੀਤਾ ਦਾਅਵਾ ਕੇਜਰੀਵਾਲ ਦੇ ਚੋਨ ਹਾਰਨ ਵਾਲੇ ਬਿਆਨ ਤੇ ਪੜਕੇ ਸੀਐਮ ਚੰਨੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਐਲਾਨ ਇੰਡੀਆ ਗੇਟ ਤੇ ਲਗਾਇਆ ਜਾਵੇਗਾ ਨੀਤਾਜੀ ਸੁਭਾਸ਼ ਚੰਦਰ ਬੋਸ ਦਾ ਬੁੱਤ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਬਾਕੀ ਦੀਆਂ ਅਹਿਮ ਖਬਰਾਂ ਦੀ ਜਾਣਕਾਰੀ ਅਬੂਦਾਬੀ ਦੇ ਕੋਮਾਂਤਰੀ ਹਵਾਈ ਅੱਡੇ ਨੇੜੇ ਡਰੋਨ ਹਮਲੇ ਵਿੱਚ ਮਰਨ ਵਾਲੇ ਪੰਜਾਬ ਨਾਲ ਸੰਬੰਧਿਤ ਦੋ ਨੌਜਵਾਨਾਂ ਦੀਆਂ ਧੇਹਾਂ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੋਮਾਂਤਰੀ ਹਵਾਈ ਅੱਡਾ ਰਾਜਸੰਸੀ ਤੇ ਪੁੱਜੀਆ ਨਨੋ ਜਵਾਨਾ ਦੀ ਪਹਿਚਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੈਸਮਪੁਰਾ ਦੇ ਹਰਦੀਪ ਸਿੰਘ ਤੇ ਮੋਗਾ ਜ਼ਿਲ੍ਹੇ ਦੇ ਪ੍ਰਦੀਪ ਸਿੰਘ ਵੱਜੋਂ ਹੋਈ ਹੈ ਇਸ ਦੌਰਾਨ ਪੁਲਿਸ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਦੋਵਾਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹਰਦੀਪ ਸਿੰਘ ਮੈਸਮਪੁਰਾ ਦੇ ਛੋਟੇ ਭਰਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਉਹਨਾਂ ਨੇ ਦੱਸਿਆ ਕਿ ਆਖਰੀ ਸਮੇਂ ਸ਼ਨੀਵਾਰ ਉਸ ਨਾਲ ਉਹਨਾਂ ਦੀ ਗੱਲਬਾਤ ਹੋਈ ਸੀ ਦੂਸਰੇ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਅਬੂਦਾਬੀ ਵਿਖੇ ਹਮਲਾ ਹੋਣ ਤੋਂ ਪਹਿਲਾਂ ਹੀ ਉਸ ਨਾਲ ਗੱਲਬਾਤ ਹੋਈ ਸੀ ਉਹਨਾਂ ਨੇ ਦੱਸਿਆ ਕਿ ਹਮਲਾ ਹੋਣ ਤੋਂ ਬਾਅਦ ਉਹਨਾਂ ਦੇ ਰਿਸ਼ਤੇਦਾਰਾਂ ਅਤੇ ਖਬਰਾਂ ਤੋਂ ਉਹਨਾਂ ਦੀ ਮੌਤ ਬਾਰੇ ਪਤਾ ਲੱਗਾ ਛੋਟਾ ਪਰਦੀਪ ਸਿੰਘ ਜੈ ਮੈਰਿਸ ਕੀ ਅੰਦਰ ਐਸੇ ਵੀ ਹੈ ਤੇ ਲਾਸਟ ਵਾਰ ਕਦੋਂ ਗੱਲ ਹੋਈ ਸੀ ਇੱਕ ਦਿਨ ਪਹਿਲਾਂ ਉਹਦੇ ਇਦਾਂ ਹੋਣ ਤੋਂ ਸਰ ਕੀ ਵੇਦਾ ਸੀ ਬਸਾਰੇ ਤੇ ਕਿਸ ਨੂੰ ਪਤਾ ਲੱਗਦਾ ਨਾ ਸਾਡੇ ਕਜ਼ਨ ਉਥੇ ਹੈਗੇ ਉਹਨਾਂ ਨੇ ਫੋਨ ਕੀਤਾ ਅਫੀਸ਼ੀਅਲ ਵੱਲੋਂ ਮਾਨੂੰ ਕੁਛ ਨਹੀਂ ਦੱਸਿਆ ਗਿਆ ਕਿ ਕੀ ਹੋਇਆ ਕਿੱਦਾਂ ਹੋਇਆ ਫਿਰ ਇਹ ਨਿਊਜ਼ ਕਿ ਉਹਨਾਂ ਦੀ ਨਾਲ ਹੀ ਸਾਡੇ ਕਜ਼ਨ ਨੇ ਕਨਫਰਮ ਕੀਤਾ ਵੀ ਬਟ ਵੀਰ ਨੂੰ ਛੱਡ ਗਿਆ ਅਬੂ ਦਾ ਅਬੂਦਾਬੀ ਇਲ ਕੰਟਰੀ ਅਲਗੋ ਹੀ ਹਾਲ ਨਹੀਂ ਸਭ ਉਹਨਾਂ ਦੀ ਸਪੋਰਟ ਨਾਲ ਹੀ ਸਾਨੂੰ ਬੋਡੀ ਮਿਲੀ ਇਹ ਬੋਡੀ ਜ਼ਬੂਦਾਬੀ ਤੋਂ ਆ ਰਹੀਆਂ ਸਰਦਾਰ ਹਰਦੀਪ ਸਿੰਘ ਉਹਨਾਂ ਦੀ ਬੋਡੀ ਹੈ ਇੱਕ ਔਰ ਇੱਕ ਸਰਦਾਰ ਹਰਦੀਪ ਸਿੰਘ ਉਹਨਾਂ ਦੀ ਬੋਡੀ ਹੈ ਸਰਦਾਰ ਹਰਦੀਪ ਸਿੰਘ ਜਿਹੜੇ ਨੇ ਇੱਥੇ ਮੈਸਮਪੁਰੇ ਪਿੰਡ ਦੇ ਥਾਣਾ ਮੈਤੇ ਦੇ ਅੰਦਰ ਰਹਿਣ ਵਾਲੇ ਸੀਗੇ ਸਰਦਾਰ ਹਰਦੀਪ ਸਿੰਘ ਜਿਹੜੇ ਨੇ ਮੋਗੇ ਦੇ ਰਹਿਣ ਵਾਲੇ ਇਨਾਂ ਦੀ ਕੁਝ ਦਿਨ ਪਹਿਲਾਂ 17 ਤਰੀਕ ਨੂੰ ਆਪੂ ਤਾਂ ਵੀ ਵਿਖੇ ਡਰੋਨ ਅਟੈਕ ਦੇ ਵਿੱਚ ਟੈਰਰਿਸਟ ਵੱਲੋਂ ਇਹਨਾਂ ਦੀ ਡੈਥ ਹੋ ਗਈ ਸੀਗੀ ਔਰ ਇਹਨਾਂ ਦੇ ਭਾਰਤਕ ਸ਼੍ਰੀ ਰਾਜ ਜਿਹੜੇ ਇੰਡੀਆ ਦੇ ਵਿੱਚ ਅੰਮ੍ਰਿਤਸਰ ਵਿਖੇ ਲੈਂਡ ਕਰਦੇ ਤੇ ਸਰ ਇਹਨਾਂ ਦੇ ਪਰਿਵਾਰਿਕ ਮੈਂਬਰ ਇੱਥੇ ਪਹੁੰਚੇ ਇਹਨਾਂ ਦੇ ਹਾਂਜੀ ਕੁਝ ਪਰਿਵਾਰਕ ਮੈਂਬਰ ਆਏ ਹਨ ਕੁਝ ਨਾ ਦੇ ਜਿਹੜੇ ਪਰਿਵਾਰਕ ਮੈਂਬਰ ਇਹਨਾਂ ਦੇ ਜਿਹੜੇ ਸਕੇ ਸਪੰਦੀ ਇਹ ਬੋਡੀਜ਼ ਨਾਲ ਵੀ ਦੋ ਜਣੇ ਆ ਰਹੇ ਨੇ ਇਹਨਾਂ ਦੇ ਕਜ਼ਨ ਆ ਰਹੇ ਨੇ ਨਾਲ ਤੇ ਕਿੰਨੀ ਦਿਨ ਤੱਕ ਉੱਥੇ ਹੋ ਗਏ ਸੀ ਇਹ ਅਪਰੋਚ ਇਥੋਂ ਵਿਆਹ ਕਰਕੇ ਗਿਆ ਸੀਗਾ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਵੱਲੋਂ ਪਹਿਲੀ ਸੂਚੀ ਵਿੱਚ 34 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਬਾਕੀ ਉਮੀਦਵਾਰਾਂ ਦਾ ਐਲਾਨ ਅਗਲੀ ਸੂਚੀ ਵਿੱਚ ਕੀਤਾ ਜਾ ਸਕਦਾ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਭਾਜਪਾ ਦੇ ਜਰਨਲ ਸਖਤਰ ਤਰुण ਚੁੱਗ ਅਤੇ ਭਾਜਪਾ ਪੰਜਾਬ ਇੰਚਾਰਜ ਦਸ਼ੰਤ ਕੁਮਾਰ ਗੋਤਮ ਇਸ ਦੌਰਾਨ ਮੌਜੂਦ ਰਹੇ। ਦਸ਼ੰਤ ਕੁਮਾਰ ਨੇ ਕਿਹਾ ਕਿ ਸੂਚੀ ਵਿੱਚ 13 ਸਿੱਖ, 12 ਕਿਸਾਨ ਅਤੇ 8 ਅਨੁਸੂਚਿਤ ਜਾਤੀ ਦੇ ਚਿਹਰੇ ਸ਼ਾਮਿਲ ਕੀਤੇ ਗਏ ਹਨ। ਜਾਰੀ ਸੂਚੀ ਵਿੱਚ ਖਾਸ ਤੌਰ ਤੇ ਸੁਜਾਨਪੁਰ ਤੋਂ ਦਿਨੇਸ਼ ਕੁਮਾਰ ਬੱਬੂ ਜਲੰਧਰ ਵੈਸਟ ਤੋਂ ਮਹਿੰਦਰ ਭਗਤ ਜਲੰਧਰ ਕੇਂਦਰੀ ਤੋਂ ਮਨੋਰੰਜਨ ਕਾਲੀਆ ਜਲੰਧਰ ਉੱਤਰੀ ਤੋਂ ਕਿਸ਼ਨਦੇਵ ਪੰਡਾਰੀ ਹੁਸ਼ਿਆਰਪੁਰ ਤੋਂ ਤੀਕਸ਼ਨ ਸੂਦ ਗੜਸ਼ੰਕਰ ਤੋਂ ਨਮੀਸ਼ਾ ਮਹਿਤਾ ਤੇ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸੋਢੀ ਆਦ ਦਾ ਨਾਮ ਸ਼ਾਮਿਲ ਹੈ ਕੁੱਲ 34 ਸੀਟਾਂ ਪਾਰਟੀ ਨੇ ਕਲੀਅਰ ਕੀਤੀਆਂ ਹੈ ਮੈਂ ਆਪਕੇ ਸਾਹਮਣੇ ਉਹਨਾਂ ਕੋ ਰੱਖਾ ਹੈ ਔਰ ਇਹ ਇੱਕ पूरे पंजाब का पंजाब के सभी वर्गों को प्रतिनिधित्व मिला है जिसमें किसान डॉक्टर एडवोकेट हर वर्ग के व्यक्ति इसमें हैं ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੀ ਚਮਕੌਰ ਸਾਹਿਬ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਆਪਣੇ ਦਾਅਵੇ ਦੀ ਪੁਸ਼ਟੀ ਕਰਨ ਲਈ ਕੁਝ ਸਰਵੇਖਣਾਂ ਦਾ ਹਵਾਲਾ ਦਿੱਤਾ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪਿਆਂ ਦੌਰਾਨ ਚੰਨੀ ਦੇ ਭਤੀਜੇ ਤੋਂ ਕਰੋੜਾ ਰੁਪਏ ਦੀ ਬਰਾਮਦਗੀ ਨੂੰ ਦੇਖ ਕੇ ਲੋਕ ਹੈਰਾਨ ਹਨ। ਉਹਨਾਂ ਕਹਿਹਾ ਸਾਡਾ ਸਰਵੇਖਣ ਦੱਸ ਰਿਹਾ ਹੈ ਕਿ ਚੰਨੀ ਜੀ ਚਮਕੌਰ ਸਾਹਿਬ ਤੋਂ ਹਾਰ ਰਹੇ ਹਨ ਕੇਜਰੀਵਾਲ ਨੇ ਇੱਕ ਟਵੀਟ ਵਿੱਚ ਕਿਹਾ ਕਿ ਲੋਕ ਟੀਵੀ ਤੇ ਈਡੀ ਅਫਸਰਾਂ ਨੂੰ ਨੋਟਾਂ ਦੇ ਬੰਡਲ ਗਿੰਦੇ ਦੇਖ ਕੇ ਹੈਰਾਨ ਹਨ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਹਮਲਾ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਆਗੂ ਖਿਲਾਫ ਮਾਨਹਾਨੀ ਦਾ ਕੀ ਸਦਾਰ ਕਰਨਗੇ ਜਿਸ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਾਂਗਰਸੀ ਆਗੂ ਦੇ ਭਤੀਜੇ ਦੇ ਟਿਕਾਣਿਆਂ ਸਮੇਤ ਕਈ ਥਾਵਾਂ ਤੇ ਛਾਪੇ ਮਾਰੇ ਜਾਣ ਮਗਰੋਂ ਉਸ ਨੂੰ ਬੇਈਮਾਨ ਦੱਸਿਆ ਹੈ ਚੰਨੀ ਨੇ ਦੋਸ਼ ਲਗਾਇਆ ਕਿ ਅਰਵਿੰਦ ਕੇਜਰੀਵਾਲ ਨੂੰ ਦੂਜਿਆਂ ਦਾ ਅਕਸ ਖਰਾਬ ਕਰਨ ਲਈ ਦੋਸ਼ ਲਗਾਉਣ ਦੀ ਆਦਤ ਹੈ ਅਤੇ ਪਿਛਲੇ ਸਮੇਂ ਵਿੱਚ ਵੀ ਦੇਖਿਆ ਗਿਆ ਹੈ ਕਿ ਕਿਵੇਂ ਬਾਦ ਵਿੱਚ ਉਹਨਾਂ ਨੂੰ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਵਿਕਰਮ ਸਿੰਘ ਮਜੀਠੀਆ ਤੋਂ ਮਾਫੀ ਮੰਗਣੀ ਪਈ ਸੀ श्री चमकोर साहेब ਵਿੱਚ ਆਪਣੇ ਹਲਕੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾਵਾ ਕੀਤਾ ਕਿ ਕੇਜਰੀਵਾਲ ਨੇ ਹੁਣ ਸਾਰੀਆਂ ਹਦਾਂ ਪਾਰ ਕਰ ਦਿੱਤੀਆਂ ਹਨ ਅਤੇ ਉਹਨਾਂ ਨੇ ਆਪਣੀ ਪਾਰਟੀ ਨੂੰ ਆਮ ਆਦਮੀ ਪਾਰਟੀ ਆਗੂ ਖਿਲਾਫ ਮਾਨ ਹਾਨੀ ਦਾ ਕੇਸ ਦਰਜ ਕਰਨ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਹੈ ਅਜਿਹੀ ਆਪਣੇ ਚਮਪੌਰ ਸਾਹਿਬ ਇਲੈਕਸ਼ਨ ਦੀ ਸ਼ੁਰੂਆਤ ਲਈ ਕਰਨ ਵਾਸਤੇ ਪਹਿਲਾ ਗੁਰੂ ਸਾਹਿਬ ਦਾ ਉਡਾਸਨਾ ਦੇਣ ਵਾਸਤੇ ਅਸੀਂ ਅਜੇ ਟੂਰ ਦੀ ਸ਼ੁਰੂਆਤ ਨਹੀਂ ਕੀਤੀ ਪਹਿਲਾ ਅਸੀਂ ਅੰਡਪਾਠ ਕਰਾਉਣ ਵਾਸਤੇ ਅੱਜ ਸ਼ੁਰੂਆਤ ਕੀਤੀ ਹੈ ਗੁਰੂ ਸਾਹਿਬ ਦੀ ਸਵਾਰੀ ਇੱਥੇ ਆਈ ਹੈ ਮੇਰੇ ਇਹ ਇੱਕ ਤਿੰਨ ਅਲੱਛਣ ਪਹਿਲਾਂ ਇੱਥੋਂ ਹੀ ਲੜੇ ਗਏ ਇਹ ਚੌਥਾ ਅਲੱਛਣ ਹੈ ਤਾਂ ਅਸੀਂ ਗੁਰੂ ਸਾਹਿਬ ਅੱਜ ਆਏ ਹੈ ਪ੍ਰੋਗਰਾਮ ਸਾਹਿਬ ਦੇ ਰੱਬੀ ਬਾਣੀ ਦੇ ਅਖੰਡ ਪਾਠ ਸ਼ੁਰੂ ਹੋਏ ਆ ਪਰਸੋਂ ਲਪੋਗ ਪੜ੍ਹਨਗੇ ਅਜੇ ਸਾਰਾ ਧਾਰਮਿਕ ਕੰਮ ਹੈ ਉਸ ਤੋਂ ਬਾਅਦ ਐਸੀ ਚੌਂਕ ਦੀ ਸ਼ੁਰੂਆਤ ਕਰਾਂਗੇ ਪਹਿਲਾਂ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਉਸੇ ਵਾਸਤੇ ਅੱਜ ਜਿਸੀ ਇੱਥੇ ਆਏ ਹੈ ਪਰਵਾਰ ਸਮੇਤ ਸਰ ਕੇਸ਼ਰੀਵਾਲ ਜੀ ਕਹਿ ਰਹੇ ਆ ਕਿ ਜੀ ਸਾਡਾ ਸਰਵੇਖੀ ਕਹਿ ਰਿਹਾ ਕਿ ਚੰਨ ਜੀ ਚੰਨੀ ਚੰਕੌਰ ਸਾਹਿਬ ਤੋਂ ਇਲੈਕਸ਼ਨ ਹਾਰ ਰਿਹਾ ਕੇਸ਼ਰੀਵਾਲ ਜੀ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਹਰ ਚੀਜ਼ ਦੇ ਕੋਈ ਨਾ ਕੋਈ ਮਾਪਦੰਡ ਹੁੰਦੇ ਆ ਕੋਈ ਤਰੀਕਾ ਹੁੰਦਾ ਹੈ ਤਰੀਕੇਕਾਰ ਹੁੰਦਾ ਹੈ ਚੋਣ ਆ ਰਾਜਨੀਤੀ ਦੇ ਵਿੱਚ ਵੀ ਕੁਝ ਪਰੰਪਰਾਵਾਂ ਹੁੰਦੀਆਂ ਕੋਈ ਸੱਭਿਆਤਾ ਹੁੰਦੀ ਹੈ ਇੱਕ ਲਾਈਨ ਹੁੰਦੀ ਹੈ ਉਸ ਨੂੰ ਪਾਰ ਨਹੀਂ ਕਰਨਾ ਚਾਹੀਦਾ ਇਹਨਾਂ ਨੇ ਪਹਿਲਾਂ ਕਈ ਵਾਰ ਲਾਈਨ ਪਾਰ ਕੋਈ ਸੱਭਿਆਚਾਰ ਕੋਈ ਪੱਲੇ ਹੈ ਕਿ ਨਹੀਂ ਮੈਂ ਉਹਨਾਂ ਨੂੰ ਫੇਰ ਕਹਿਣਾ कि ਆਪਣੇ ਆਪ ਤੇ ਕਾਬੂ ਕਰੋ ਬਿਨਾ ਮਤਲਬ ਤੇ ਕਿਸੇ ਤੇ ਇਲزام ਲਗਾਈ ਜਾਣੇ ਇਹ ਕਿੱਥੇ ਤੱਕ ਚੱਲੂਗਾ ਦੇਸ਼ ਦੀ ਰਾਜਧਾਨੀ ਦੇ ਇੰਡੀਆ ਗੇਟ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਬੁੱਤ ਲਗਾਇਆ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਐਲਾਨ ਕੀਤਾ ਹੈ ਇੰਡੀਆ ਗੇਟ ਤੇ ਗ੍ਰੇनाइट ਨਾਲ ਬਣੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਉਸ ਸਮੇਂ ਜਦੋਂ ਪੂਰਾ ਦੇਸ਼ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 122ਵੀਂ ਜਨਮ ਦਿਤੀ ਮਨਾ ਰਿਹਾ ਹੈ ਮੈਨੂੰ ਇਹ ਸਾਂਝਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇੰਡੀਆ ਗੇਟ ਤੇ ਉਹਨਾਂ ਦੀ ਵਿਸ਼ਾਲ ਗ੍ਰੇਨਾਈਟ ਬੁੱਤ ਸਥਾਪਿਤ ਕੀਤੀ ਜਾਵੇਗੀ ਇਹ ਭਾਰਤ ਦਾ ਉਹਨਾਂ ਪ੍ਰਤੀ ਕਰਜ਼ਦਾਰ ਹੋਣ ਦਾ ਪ੍ਰਤੀਕ ਹੋਵੇਗਾ ਦਿੱਲੀ ਦੇ ਇੰਡੀਆ ਗੇਟ ਸਥਿਤ ਅਮਰ ਜਵਾਨ ਜੋਤੀ ਨੂੰ ਅੱਜ ਨੈਸ਼ਨਲ ਵਾਰ ਮੈਮੋਰੀਅਲ ਨਾਲ ਮਿਲਾ ਦਿੱਤਾ ਗਿਆ। ਛੋਟੇ ਜਿਹੇ ਸਮਾਗਮ ਵਿੱਚ ਅਮਰ ਜਵਾਨ ਜੋਤੀ ਦਾ ਇੱਕ ਹਿੱਸਾ ਲਿਆ ਗਿਆ ਅਤੇ ਇੰਡੀਆ ਗੇਟ ਤੋਂ 400 ਮੀਟਰ ਦੀ ਦੂਰੀ ਤੇ ਸਥਿਤ ਵਾਰ ਮੈਮੋਰੀਅਲ ਵਿਖੇ ਬਲਦੀ ਲਾਟ ਵਿੱਚ ਮਿਲਾ ਦਿੱਤਾ ਗਿਆ। ਅਮਰ ਜਵਾਨ ਜੋਤੀ ਦਾ ਨਿਰਮਾਣ 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਦੀ ਯਾਦਗਾਰ ਵਜੋਂ ਕੀਤਾ ਗਿਆ ਸੀ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 26 ਜਨਵਰੀ 1972 ਨੂੰ ਇਸ ਦਾ ਉਦਘਾਟਨ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਫਰਵਰੀ 2019 ਨੂੰ ਕੌਮੀ ਜੰਗੀ ਯਾਦਗਾਰ ਦਾ ਉਦਘਾਟਨ ਕੀਤਾ ਸੀ ਇੱਥੇ ਗ੍ਰੇਨਾਈਟ ਪੱਥਰਾਂ ਤੇ 25942 ਫੌਜੀਆਂ ਤੇ ਅਧਿਕਾਰੀਆਂ ਦੇ ਨਾਮ ਸੁਨਹਿਰੇ ਅੱਖਰਾਂ ਵਿੱਚ ਅੰਕੇਥ ਹਨ ਐਸਟੀਐਫ ਪੁਲਿਸ ਨੇ ਲੁਧਿਆਣਾ ਰੇਂਜ ਦੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਤੋਂ 5.5 ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ شناخت ਨਸੀਮ ਸ਼ਫੀ ਉਰਫ ਬਿੱਲਾ ਪੁੱਤਰ ਮੁਹੰਮਦ ਸ਼ਫੀ ਵਾਸੀ ਹਰਜਾਪਨਗਰ ਵੱਜੋਂ ਕੀਤੀ ਗਈ ਹੈ ਪੁਲਿਸ ਅਨੁਸਾਰ ਕਥਿਤ ਦੋਸ਼ੀ ਨੂੰ ਟੋਲ ਪਲਾਜ਼ਾ ਨੇੜੇੋਂ ਗ੍ਰਿਫਤਾਰ ਕੀਤਾ ਗਿਆ ਉਸ ਪਾਸੋਂ 1 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 5.5 ਕਰੋੜ ਰੁਪਏ ਹੈ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੂ ਨੇ ਈਡੀ ਵੱਲੋਂ ਮੁੱਖ ਮੰਤਰੀ ਚੰਨੀ ਦੇ ਪੰਜ ਤੇ ਕੀਤੀ ਕਾਰਵਾਈ ਦੇ ਬਾਰੇ ਕਿਹਾ ਕਿ ਇਹ ਕਾਰਵਾਈ ਟਾਰਗੇਟ ਬਣਾ ਕੇ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਰਹਿੰਦੇ ਹੋਏ ਕੇਂਦਰੀ ਜਾਂਚ ਏਜੰਸੀਆਂ ਤੋਂ ਉਸ ਸਮੇਂ ਕਿਉਂ ਕਾਰਵਾਈ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਕੋਈ ਵੀ ਸਰਕਾਰ ਹੋਵੇ, ਮਾਫੀਆ ਦੇ ਕੰਮ ਵਿੱਚ ਹਰ ਪਾਰਟੀ ਦੇ ਨੇਤਾ ਸ਼ਾਮਲ ਰਹਿੰਦੇ ਹਨ। ਦੂਲੂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਾਫੀਆ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ। ਦੂਲੂ ਨੇ ਦਾਅਵਾ ਕੀਤਾ ਹੈ ਕਿ 2020 ਵਿੱਚ ਪੰਜਾਬ ਵਿੱਚ 13 ਗੈਰ ਕਾਨੂੰਨੀ ਸ਼ਰਾਬ ਦੀਆਂ ਡਿਸਟਿਲਰੀਆਂ ਚੱਲ ਰਹੀਆਂ ਸਨ ਦੂਲੋਂ ਨੇ ਕਿਹਾ ਕਿ ਉਸ ਸਮੇਂ ਕਾਰਵਾਈ ਕਿਉਂ ਨਹੀਂ ਕੀਤੀ ਗਈ ਦੂਲੋਂ ਨੇ ਕਿਹਾ ਕਿ ਪੰਜਾਬ ਵਿੱਚ ਡਰੱਗਸ ਮਾਈਨਿੰਗ ਮਾਫੀਆ ਪਿਛਲੇ 15 ਸਾਲ ਤੋਂ ਚੱਲ ਰਿਹਾ ਹੈ ਮੈਂ ਇੱਕ ਸੈਂਟਰ ਦੀ ਏਜੰਸੀ ਕਿਉਂਕਿ ਮੈਂ ਇਸ ਫੇਰ ਕਹਿਣਾ ਚਾਹਣਾ ਉਦੋਂ ਦਾ ਮੁੱਖ ਮੰਤਰੀ ਸੈਂਟਰ ਦੇ ਨਾਲ ਮਿਲਿਆ ਹੋਇਆ ਸੀ ਸੁਣੋ ਉਦੋਂ ਦਾ ਮੁੱਖ ਮੰਤਰੀ ਸੈਂਟਰ ਨਾਲ ਮਿਲਿਆ ਹੋਇਆ ਸੀ ਜੀ ਦੇ ਕਰਕੇ ਈਡੀ ਜਿਹੜਾ ਨਰਿੰਦਰ ਸਿੰਘ ਜੀ ਦਾ ਸਵਾਗਲਾ ਹੋਇਆ ਔਰ ਜਿਹੜਾ ਸੀ ਉਹਨੇ ਐਸਐਸਪੀ ਪਟਿਆਲਾ ਖੰਨੇ ਤੋਂ ਰਿਕਾਰਡ ਮੰਗਿਆ ਉਹ ਰਿਕਾਰਡ ਨਹੀਂ ਦਿੱਤਾ ਕਿਉਂਕਿ ਪ੍ਰੋਟੈਕਸ਼ਨ ਦੀ ਸੈਂਟਰ ਰਤਾਲ ਮੇਰਤੀ ਉਸ ਕਰਕੇ ਮੈਂ ਕਹਾਗਾ ਕਿ ਉਹ ਉਦੋਂ ਰੇਡ ਕੀਤੀ ਉਹ ਸੈਂਟਰ ਦੀਆਂ ਏਜੰਸੀਆਂ ਕਰੋਨਾ ਦੇ ਵਿੱਚ ਵਿਸ਼ਾਲ ਜਿੱਥੇ ਦਵਾਈ ਵੰਡਣੀ ਸੀ ਕਰਫਿਊ ਲੱਗੇ ਹੋਏ ਨੇ ਸਰਕਾਰੀ ਉਹ ਗੱਡੀਆਂ ਦੇ ਸਰਕਾਰੀ ਪਾਸ ਕਰਫਿਊ ਦੇ ਅੰਦਰ ਸ਼ਰਾਬਾ ਪੰਜਾਬ ਚ ਵੀ ਦਮਡੀਆਂ ਖੰਨੇ ਪੈਲ ਚ ਪਟਿਆਲੇ ਚ ਰਾਜਸਥਾਨ ਚ ਹਿਮਾਚਲ ਚ ਚੰਡੀਗੜ੍ਹ ਬਾਰੀਆਂ ਸਟੇਟਾਂ ਨੂੰ ਵੀ ਸ਼ਰਾਬ ਗਈ ਔਰ ਹਜ਼ਾਰਾਂ ਕਰੋੜ ਰੁਪਏ ਦਾ ਚੂਨਾ ਲੱਗਿਆ ਹਜ਼ਾਰਾਂ ਕਰੋੜ ਰੁਪਿਆ ਇਹ ਲੀਡਰਾਂ ਦੀ ਜੇਬ ਚ ਗਿਆ ਜਾਂ ਪੁਲਿਸ ਦੀ ਜੇਬ ਚ ਗਿਆ ਜਾਂ ਆਪੋਜੀਸ਼ਨ ਤੁਸੀਂ ਮੈਂ ਇਹ ਕਹੇ ਕਹਿ ਸਕਦਾ ਇਹ ਹਰ ਕੰਮ ਦੇ ਵਿੱਚ ਰਲੇ ਮੇਲੇ ਹੋਏ ਨੇ ਮਾਫ ਕਰਨਾ ਪੋਲਿਟੀਕਲ ਆਪੋਜੀਸ਼ਨ ਵਾਲੇ ਵੀ ਤੇ ਰੂਲਿੰਗ ਆ ਗਈ ਚੰਨੀ ਸਾਹਿਬ ਵੀ ਮੇਰੇ ਕੋਈ ਨਹੀਂ ਜੀ ਹਾਂਜੀ ਚੰਨੀ ਸਾਹਿਬ ਵੀ ਫਿਰ ਉਹਨਾਂ ਨੇ ਮੈਂ ਕਿਸੇ ਦਾ ਕਿਉਂ ਨਾ ਲੱਜ ਜਾਂਚ ਨਹੀਂ ਕਰਾਈ ਉਹਨਾਂ ਨੇ ਨਾ ਜਾਂਚ ਕਰਾਉਣੀ ਚਾਹੀਦੀ ਐ ਚੰਨੀ ਸਾਹਿਬ ਕਹਿੰਦੇ ਵੀ ਹੁਣ ਮੈਂ ਸੀਬੀਆਈ ਦੀ ਜਾਂਚ ਮੰਗੀ ਐ ਮੈਂ ਪਰ ਪੰਜਾਬ ਪੁਲਿਸ ਤੋਂ ਭਰੋਸਾ ਨਹੀਂ ਐ ਪੰਜਾਬ ਪੁਲਿਸ ਤਾਂ ਆਪਣੇ ਕੋਈ ਜਿਹੜੇ ਆਪਸ ਨੇ ਅਉਧੇ ਲੈਣ ਲਈ ਅਉਧੇ ਲੈਣ ਲਈ ਇਹ ਤਾਂ ਟੂਲ ਬਣ ਕੇ ਕੀ ਕੰਮ ਕਰਦੇ ਨੇ श्रमनीय कालिदल संयुक्त ने पंजाब विधानसभा चुनाव ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਪਾਰਟੀ ਪ੍ਰਧਾਨ ਅਤੇ ਰਾ ਸਭਾ ਮੈਂਬਰ ਸੁਖਦੇਵ ਸਿੰਘ ਟੀਨ ਸਾਧ ਦੇ 10 ਕਤਾਂ ਹੇਟ ਜਾਰੀ ਪਹਿਲੀ ਸੂਚੀ ਦੇ ਵਿੱਚ 12 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਪਾਰਟੀ ਦੇ ਮੌਜੂਦਾ ਅਤੇ ਸਾਬਕਾ ਵਿਧਾਇਕਾਂ ਸਮੇਤ ਸਾਬਕਾ ਸੰਸਦ ਮੈਂਬਰਾਂ ਅਤੇ ਉੱਗੇ ਖਿਡਾਰੀਆਂ ਸਮਾਜ ਸੇਵੀ ਅਤੇ ਕਿਸਾਨ ਅੰਦੋਲਨ ਵਿੱਚ ਸਰਗਰਮ ਭਾਗੀਦਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ 12 ਉਮੀਦਵਾਰਾਂ ਦੀ ਜਾਰੀ ਸੂਚੀ ਅਨੁਸਾਰ ਮਾਲਵਾ ਖੇਤਰ ਵਿੱਚ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਪਰਮਿੰਦਰ ਸਿੰਘ ਢੀਂਡਾ ਸਾ, ਡਿੜਬਾ ਤੋਂ ਸੋਮਾ ਸਿੰਘ ਕਰਾਚੋਂ, ਸਾਹਨੇਵਾਲ ਤੋਂ ਹਰਪ੍ਰੀਤ ਸਿੰਘ ਗਰਚਾ, ਜੈਤੋਂ ਤੋਂ ਬੀਬੀ ਪਰਮਜੀਤ ਕੌਰ ਗੁਲਸ਼ਨਾਦ ਦੇਨਾ ਸ਼ਾਮਲ ਹਨ। ਜ਼ਿਲ੍ਹਾ ਮੋਗਾ ਦੇ ਕਸਬਾ ਕੋਰਤੀ ਸੇਖਾਂ ਨੇੜਲੇ ਪਿੰਡ ਕਲੋਟੀ ਨਾਲ ਸਬੰਧਤ ਨੌਜਵਾਨ ਦੀ ਸ਼ੁੱਕਰਵਾਰ ਸਵੇਰ ਸਮੇਂ ਮਨੀਲਾ ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਨੂੰ ਬਚਾਉਣ ਸਮੇਂ ਇੱਕ ਫਿਲੀਪੀਨ ਨਾਗਰਿਕ ਨੂੰ ਵੀ ਹਮਲਾਵਰਾਂ ਨੇ ਗੋਲੀ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ। ਮ੍ਰਿਤਕ ਨੌਜਵਾਨ ਪਰਮਿੰਦਰ ਸਿੰਘ ਪੁੱਤਰ ਬੋਰ ਸਿੰਘ ਬੀਤੇ ਕਰੀਬ 15 ਵਰਿਆਂ ਤੋਂ ਪਲੰਗੀ ਵਿਕਲ ਮਨੀਲਾ ਫਿਲੀਪਾਈਨ ਦੇ ਵਿੱਚ ਆਪਣਾ ਫਾਈਨਾਂਸ ਦਾ ਕਾਰੋਬਾਰ ਕਰਦਾ ਸੀ ਪਰਵਾਰਕ ਮੁਤਾਬਕ ਸਵੇਰ ਸਮੇ ਉਸ ਨੂੰ ਤਿੰਨ ਵਿਅਕਤੀ ਘਰੋਂ ਗੱਡੀ 'ਚ ਬਿਠਾ ਕੇ ਲੈ ਗਏ ਤੇ ਰਸਤੇ ਵਿੱਚ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਇਸ ਦੌਰਾਨ ਦੋ ਫਿਲੀਪਾਈਨ ਲੋਕਾਂ ਨੇ ਪਰਮਿੰਦਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ 'ਚੋਂ ਵੀ ਇੱਕ ਨੂੰ ਗੋਲੀ ਮਾਰ ਕੇ ਹਮਲਾਵਰਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਜਦਕਿ ਦੂਜਾ ਜ਼ਖਮੀ ਹੋ ਗਿਆ ਨਜ਼ਦੀਕੀ ਰਿਸ਼ਤੇਦਾਰਾਂ ਅਨੁਸਾਰ ਪੁਲਿਸ ਨੇ ਸੀਸੀਟੀਵੀ ਫੁਟੇਜ ਤੇ ਹੋਰਨਾਂ ਸਬੂਤਾਂ ਦੇ ਆਧਾਰ 'ਤੇ ਇੱਕ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀਆਂ ਦੀ ਪਾਲ ਜਾਰੀ ਹੈ ਦੇਸ਼ ਨਾਲੀ ਅਜੀਤ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਖਤਮ ਹੁੰਦਾ ਹੈ ਕੱਲ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤੁਰਿੰ ਖਬਰਾਂ ਦਾ ਖੋਰ ਬੁਲੇਟਿਨ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫਾਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵਰਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ